ਪੰਜਾਬ ਸਰਕਾਰ ਦਾ ਮਜ਼ਦੂਰੀ ਵਿਭਾਗ ਤੇ ਮਜ਼ਦੂਰਾਂ ਦੇ ਹੱਕਾਂ ਨੂੰ ਖਤਮ ਕਰਨ ਦਾ ਆਰੋਪ ਲਗਾ ਕੇ ਇੰਡਸਟਰੀਅਲ ਮਜ਼ਦੂਰ ਯੂਨੀਅਨ ਵੱਲੋਂ ਸ਼੍ਰਮ ਵਿਭਾਗ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਜ਼ਦੂਰ ਨੇਤਾਵਾਂ ਦਾ ਆਰੋਪ ਸੀ ਕਿ ਪੰਜਾਬ ਅਤੇ ਖਾਸ ਕਰ ਲੁਧਿਆਣਾ ਵਿੱਚ ਵੱਡੀ ਸੰਖਿਆ 'ਚ ਮਜ਼ਦੂਰ ਕੰਮ ਕਰਦੇ ਹਨ, ਪਰ ਮਜ਼ਦੂਰਾਂ ਦੇ ਹੱਕਾਂ ਦਾ ਘਾਤ ਕੀਤਾ ਜਾ ਰਿਹਾ ਹੈ। ਉਹਨਾਂ ਆਰੋਪ ਲਗਾਇਆ ਕਿ ਜੇਕਰ ਕਿਸੇ ਮਾਮਲੇ ਨੂੰ ਲੈ ਕੇ ਮਜ਼ਦੂਰ ਲੇਬਰ ਕੋਰਟ ਜਾਂਦਾ ਹੈ ਤਾਂ ਉੱਥੇ ਵੀ ਉਸਦੀ ਸੁਣਵਾਈ ਨਹੀਂ ਹੁੰਦੀ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀ ਸਮੱਸਿਆਵਾਂ ਨੂੰ ਨਹੀਂ ਸੁਲਝਾਇਆ ਗਿਆ ਤਾਂ ਆਉਂਦੇ ਲੇਬਰ ਡੇ ਤੇ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਮੈਂ ਸਵਰਨ ਸਿੰਘ, ਪ੍ਰਧਾਨ ਡਿਸਟ੍ਰਿਕਟ ਇੰਟਰ ਕੌਂਸਲ ਲੁਧਿਆਣਾ। ਅਸੀਂ ਅੱਜ ਬਕਾਇਦਾ ਤੌਰ ਤੇ ਲੇਬਰ ਦਫ਼ਤਰ ਦੇ ਸਾਹਮਣੇ ਆਪਣਾ ਇਹ ਜਲਸਾ ਕਰ ਰਹੇ ਹਾਂ, ਕਿਉਂਕਿ ਪੰਜਾਬ ਸਰਕਾਰ ਤੇ ਲੇਬਰ ਡਿਪਾਰਟਮੈਂਟ ਦਾ ਡਿਪਾਰਟਮੈਂਟ ਹੈ ਜਿਹੜਾ, ਉਹ ਕੰਮ ਕਰਨ ਦੀ ਨੀਂਦ ਸੁੱਤਾ ਪਿਆ। ਉਹਨੂੰ ਜਗਾਉਣ ਵਾਸਤੇ ਅਸੀਂ ਅੱਜ ਇਹ ਜਲਸਾ ਕੀਤਾ, ਕਿਉਂਕਿ ਲੇਬਰ ਅਫਸਰ ਤੇ ਲੇਬਰ ਇੰਸਪੈਕਟਰ ਔਰ ਬਕਾਇਦਾ ਤੌਰ ਦੇ ਉੱਤੇ ਫੈਕਟਰੀ ਮਾਲਕਾਂ ਦੀ ਮਦਦ ਕਰਦੇ ਨੇ, ਫੈਕਟਰੀ ਮਜ਼ਦੂਰਾਂ ਦੀ ਕੋਈ ਮਦਦ ਨਹੀਂ ਕਰਦੇ। ਔਰ ਮੈਂ ਇਹ ਕਹਾਂਗਾ, ਜਦੋਂ ਕਿ ਗਰੀਬ ਮਜ਼ਦੂਰ ਸੜਕਾਂ 'ਤੇ ਤੁਰਿਆ ਪੈਂਦਾ, ਜੇ ਅਸੀਂ ਕਹੀਏ ਕੋਈ ਐਪਲੀਕੇਸ਼ਨ ਦਈਏ ਕਿ ਤੁਸੀਂ ਆ ਕੇ ਇਹਨਾਂ ਦੀ ਇਨਕੁਆਇਰੀ ਕਰ ਲਓ, ਅਤੇ ਚਾਰ ਦਿਨ ਬਾਅਦ ਜਿਹੜੇ ਆਪਣੇ ਹੈਗੇ ਨੇ ਅਫਸਰ ਨੇ, ਉਹ ਉੱਥੇ ਚਾਰ ਦਿਨ ਬਾਅਦ ਜਾਂਦੇ ਨੇ। ਮੈਂ ਇਹ ਸਮਝਦਾ ਕਿ ਇਸੇ ਤਰ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਨੇ, ਇਸੇ ਤਰ੍ਹਾਂ ਮਿਡ ਡੇ ਮੀਲ ਵਾਲਿਆਂ ਦੀਆਂ ਮੰਗਾਂ ਨੇ, ਇਸੇ ਤਰ੍ਹਾਂ ਪੇ ਕਮਿਸ਼ਨ ਦੀ ਰਿਪੋਰਟ ਆ, ਇਸੇ ਤਰ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਸਰਕਾਰ ਨੇ ਜੇ ਵੋਟਾਂ ਲੈਣੀਆਂ ਨੇ, ਉਹ ਬਕਾਇਦਾ ਤੌਰ ਦੇ ਉੱਤੇ ਇਹ ਸਾਡੀਆਂ ਮੰਗਾਂ ਸਵੀਕਾਰ ਕਰੇ ਤਾਂ ਕਿ ਲੋਕਾਂ ਦੇ ਵਿੱਚ ਸ਼ਾਂਤੀ ਪਾਈ ਜਾ ਸਕੇ। ਚਾਹ ਜੀ, ਮੈਂ ਫਿਰੋਜ਼ ਮਾਸਟਰ, ਰਾਸ਼ਟਰੀ ਮਜ਼ਦੂਰ ਕਾਂਗਰਸ ਇੰਟਰ ਸੈਕਟਰੀ ਹੂੰ ਪੰਜਾਬ ਸਟੇਟ ਕਾ ਔਰ ਹੌਜ਼ੀ ਲੇਬਰ ਪ੍ਰਧਾਨ ਹੂੰ। ਮੇਰਾ ਇਹੀ ਕਹਿਣਾ ਹੈ ਕਿ ਅੱਜ ਜੋ ਲੇਬਰ ਕਮਿਸ਼ਨਰ ਕੇ ਖਿਲਾਫ ਜੋ ਧਰਨਾ ਰੱਖਿਆ ਗਿਆ ਹੈ, ਹਮਾਰਾ ਪੰਜਾਬ ਲੇਬਰ ਕੇ ਮਾਮਲੇ ਮੇਂ ਸਭਸੇ ਆਗੇ ਹੈ, ਜਿਤਨੇ ਵੀ ਸਟੇਟ ਹੈ। ਔਰ ਪੰਜਾਬ ਇੱਕ ਬਹੁਤ ਬੜਾ ਉਦਯੋਗ ਹੈ ਔਰ ਯਹਾਂ ਲੇਬਰ ਐਕਟ ਕੀ ਧਜੀਆਂ ਉੜੀ ਹੋਈ ਹੈ। ਯਹਾਂ ਲੇਬਰ ਕਾ ਬਹੁਤ ਹੀ ਬੁਰਾ ਹਾਲ ਹੈ, ਬਹੁਤ ਹੀ ਬਦਹਾਲੀ ਹੈ। ਲੇਬਰ ਕਾ ਕੋਈ ਸੁਣਨੇ ਵਾਲਾ ਨਹੀਂ ਹੈ। ਲੇਬਰ ਕੋਰਟ ਕੇ ਅੰਦਰ ਮੇਂ ਲੇਬਰ ਕਾ ਅਗਰ ਕੇਸ ਲਗਾ ਦਿਆ ਜਾਤਾ ਹੈ, ਕੋਈ ਮਾਲਿਕ ਕੇ ਪੈਸੇ ਉਸੇ ਕਾ ਲੈਣ ਦੇਣ ਕੇ ਮਾਮਲੇ ਮੇਂ ਜਾਂ ਕਿਸੀ ਵੀ ਤਰ੍ਹਾਂ ਕੀ ਪਰੇਸ਼ਾਨੀ ਕੇ ਮਾਮਲੇ ਮੇਂ, ਤੋ ਯਹਾਂ ਜੋ ਹੈ ਲੇਬਰ ਧੱਕੇ ਖਾਤੇ ਰਹਤੇ ਹੈ, ਲੇਬਰ ਕੋ ਸੁਣਨੇ ਵਾਲਾ ਕੋਈ ਨਹੀਂ ਹੈ। ਇਸ ਲਈ ਮੈਂ ਅਪੀਲ ਕਰਤਾ ਹੂੰ ਤਮਾਮ ਮਜ਼ਦੂਰ ਸਾਥੀਓ ਸੇ ਕਿ ਆਨੇ ਵਾਲਾ ਮਈ ਦਿਵਸ ਮੇਂ ਜੋੜ ਤੋੜ ਸੇ ਪੂਰੀ, ਲੁਧਿਆਣਾ ਇੱਕ ਮਹਾਨਗਰ ਹੈ, ਇਹ ਇਲਾਕਾ ਪੂਰਾ ਬੰਦ ਹੋਣਾ ਚਾਹੀਏ। ਔਰ ਮਈ ਦਿਵਸ ਪਰ ਹਮਨੇ ਜੀ ਸੰਜੀਵਾ ਰੈਡੀ ਜੀ ਕੋ ਯਹਾਂ ਬੁਲਾਇਆ ਹੈ, ਕਿਉਂਕਿ ਅਬ ਜੋ ਹੈ ਲੀਡਰ ਲੋਗੋ ਕੋ ਵੀ ਜਗਾਨਾ ਹੈ ਔਰ ਮਜ਼ਦੂਰ ਲੋਗੋ ਕੋ ਵੀ ਜਗਾਨਾ ਹੈ, ਤਾਂ ਕਿ ਜੋ ਹੈ ਮਜ਼ਦੂਰੋਂ ਕੋ ਹਮ ਹੱਕ ਦਿਲਾ ਸਕੇ। ਜ਼ਿਆਦਾ ਸੇ ਜ਼ਿਆਦਾ ਇਹੀ ਕਹਿਣਾ ਹੈ ਕਿ ਹਮਾਰੇ ਮਜ਼ਦੂਰ ਸਾਥੀ ਅਬ ਸੰਗਠਿਤ ਹੋ ਜਾਓ, ਕਿਉਂਕਿ ਅਬ ਉਹ ਦਿਨ ਦੂਰ ਨਹੀਂ ਹੈ ਕਿ ਆਪਕੋ ਹੱਕ ਲੈਣੇ ਸੇ ਕੋਈ ਰੋਕ ਸਕਤਾ ਹੈ। ਇਸ ਲਈ ਮੈਂ ਚਾਹਤਾ ਹੂੰ ਕਿ ਜ਼ਿਆਦਾ ਸੇ ਜ਼ਿਆਦਾ ਸੰਖਿਆ ਮੇਂ 1 ਮਈ ਕੋ ਬਸਤੀ ਜੋਧੇਵਾਲ ਮੇਂ ਆ ਕਰਕੇ ਔਰ ਮਈ ਦਿਵਸ ਮਨਾਏ। ਔਰ ਮਈ ਦਿਵਸ ਪਰ ਤਾਂ ਪੂਰੇ ਦੁਨੀਆ ਕੇ ਅੰਦਰ ਮੇਂ ਮਨਾਇਆ ਜਾਤਾ ਹੈ 1 ਮਈ, ਔਰ ਹਮਾਰੇ ਜੋ ਹੈ ਹਿੰਦੁਸਤਾਨ ਕੇ ਅੰਦਰ ਮੇਂ ਖਾਸ ਤੌਰ ਸੇ ਪੰਜਾਬ ਬਹੁਤ ਹੀ ਪਿੱਛੇ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।